ਨਮਸਤੇ ਆਉਂ ਮ ਪ੍ਰਗੈਸ ਲੋਤਰਾ ਤੇ ਤੋਂ ਸਾਰੇ ਲੋਕ ਦਿਖਾ ਰਹੇ ਹੋ ਸਿੱਧੀ ਲਕੀਰ ਅੱਜ ਭਰਤੀਆਂ ਮਤੋਂ ਦੇ ਗਨੇ ਲਾਈਵ ਉੱਪਰ ਜੁੜੀ ਆ ਮੀਡੀਆ ਬੁਲੇਟਿਨ ਜਿਹੜਾ ਆਈਦਾ ਉਹ ਤੋਂ ਲੋਕਾਂ ਤੱਕ ਪਹੁੰਚਾਣਾ ਉਹ ਬੜਾ ਜ਼ਰੂਰੀ ਹੈ ਤੇ ਜੰਮੂ ਕਸ਼ਮੀਰ ਦੇ ਜੇ ਮੈਂ ਤੁਸਾਂ ਹੀ ਆਲ ਦੱਸਾਂ ਤੇ ਅੱਜ ਦੇ ਦਿਨ ਵੀ 71 ਲੋਕ ਜਿਹੜੇ ਨੇ ਉਹ ਕੋਵਿਡ 19 ਦੀ ਵਾਇਆ ਕਰਨੇ ਪੂਰੇ ਹੋਈ ਦਿਨ ਹੈ 71 ਮੋਤਾਂ ਜਿਹੜੀਆਂ ਨੇ ਸਾਡੇ ਜੰਮੂ ਕਸ਼ਮੀਰ ਚ ਅੱਜ ਦੇ ਦਿਨ ਹੋਈਆਂ ਔਰ 71 ਵਿੱਚੋਂ ਜੇ ਮੈਂ ਦੱਸਾਂ ਤਾਂ ਹੀ 39 ਲੋਕ ਜਿਹੜੇ ਨੇ ਉਹ ਸਾਡੇ ਜੰਮੂ ਡਿਵੀਜ਼ਨ ਤੋਂ ਪੂਰੇ ਹੋਏ ਨੇ ਔਰ ਜੇ ਗੱਲ ਕਰਾਂ ਕਸ਼ਮੀਰ ਡਿਵੀਜ਼ਨ ਦੀ ਤਾਂ ਕਸ਼ਮੀਰ ਡਿਵੀਜ਼ਨ ਤੋਂ ਅੱਜ 32 ਯਾਨੀ ਕਿ 32 ਲੋਕ ਜਿਹੜੇ ਨੇ ਉਹ ਕੋਵਿਡ 19 ਦੀ ਵਾਇਰਸ ਕੰਨੇ ਆਪਣੇ ਟੱਬਰ ਕੀ ਛੱਡੀਏ ਚਲੀ ਹੀ ਹੈ ਕਸ਼ਮੀਰ ਡਿਵੀਜ਼ਨ ਚ ਪਿਛਲੇ ਦਿਨੇ ਇਹ ਦਿਖਨੇਗੀ ਥੋੜਾ ਕਿ ਮੋਤਾਂ ਜੜੀਆਂ ਨਾ ਉਹ ਕੱਟਵਾਂ ਦੀਆਂ ਹਾਂ ਪਰ ਅੱਜ ਜਿਹੜਾ ਦਿਖਨੇਗੀ ਥੋਇਆ ਕਿ ਟੋਲ ਜੜਾ ਉਹ ਵਧੀ ਹੈ ਕੱਲ ਤੱਕ ਕੱਟ ਮੋਤਾਂ ਹੈ ਤੁਹਾਨੂੰ ਦਿਖਨੇਈ ਥੋਰੀ ਜਿਵੇਂ ਕੱਲ ਕਨੇ ਕੰਪੇਅਰ ਕਰਨਾ ਤਾਂ ਅੱਜ ਸਾਨੂੰ ਮਤੀਆਂ ਮੋਤਾਂ ਜੜੀਆਂ ਨਾ ਉਹ ਕਸ਼ਮੀਰ ਡਿਵੀਜ਼ਨ ਤੋਂ ਦਿਖਨੇਈ ਥੋਈਆਂ 32 ਲੋਕ ਕਸ਼ਮੀਰ ਡਿਵੀਜ਼ਨ ਤੋਂ ਪੂਰੇ ਹੋਏ ਨੇ ਤੇ ਡਿਟੇਲ ਤੁਸੀਂ ਅਗੇ ਦਸੀ ਹੋਣਾ ਕੀ ਅੱਜ ਦੀ ਜੇ ਮੈਂ ਗੱਲ ਕਰਾਂ ਤਾਂ 18 ਲੋਕ ਜਿਹੜੇ ਨੇ ਉਹ ਜੀਐਮਸੀ ਜੰਮੂਚ ਜਿਹੜੇ ਹਸਪਤਾਲ ਚ ਐਡਮਿਟ ਹੈ ਉਹ ਅੱਜ ਪੂਰੇ ਹੋਏ ਨੇ ਕੋਵਿਡ-19 ਦੀ ਵਾਇਰਸ ਕਨੇ ਜੋ ਕਿ ਕੋਵਿਡ-19 ਦਾ ਸ਼ਿਕਾਰ ਵੀ ਹੈ ਇਹ ਔਰ ਇੰਹਾਂ ਕੀ ਜੇ ਤੁਸੀਂ ਕੀ ਸੁਣਾਵਾ ਕਿ ਸੀੜੀ ਹਸਪਤਾਲ ਜੰਮੂ ਤੋਂ ਵੀ ਇੱਕ ਬੰਦੇ ਦੀ ਮੌਤ ਦੀ ਖਬਰ ਆਈ ਹੈ ਤਿੰਨ ਲੋਕ ਜਿਹੜੇ ਨੇ ਜੀਐਮਸੀ ਰਜੋਰੀ ਤੋਂ ਵੀ ਪੂਰੇ ਹੋਏ ਨੇ ਦੋ ਲੋਕਾਂ ਦੀ ਜਾਨ ਜੜੀ ਹੈ ਉਹ ਉਦਮਪੁਰ ਸੀਐਚਓ ਹਸਪਤਾਲ ਚ ਹੋਈ ਹੈ ਇਹ ਰਹੀ ਕੰਨੇ ਤੋਂ ਸੇ ਕਠੂਏ ਦਾ ਵੀ ਸੁਣਾਵਾ ਤਾਂ ਕਠੂਏ ਤੋਂ ਵੀ ਅੱਜ ਦੇ ਦਿਨ ਜੀਐਮਸੀ ਕਠੂਏ ਤੂੰ 4 ਲੋਕਾਂ ਦੀ ਮੌਤ ਦੀ ਖਬਰ ਡੜੀ ਹੈ ਉਹ ਆਈ ਹੈ ਕੋਵਿਡ-19 ਦੀ ਵਾਇਹਾ ਕਰਨੇ ਔਰ 에ਰੇ ਕੰਨੇ ਤੁਸੀਂ ਇਹ ਵੀ ਬੜਾ ਸੁਣਾਣਾ ਜਿਹੜਾ ਉਹ ਜ਼ਰੂਰੀ ਹੈ ਕਿ ਇੱਕ ਮੌ ਜਿਹੜੀ ਉਹ ਜੀਐਮਸੀ ਡੋਡਾ ਤੂੰ ਵੀ ਹੋਈ ਹੈ ਔਰ 에ਰੇ ਕੇ ਕੰਨੇ ਕੰਨੇ ਰਾਮਨਗਰ ਤੂੰ ਵੀ ਇੱਕ ਬੰਦਾ ਜਿਹੜਾ ਹੈ ਉਹ ਪੂਰਾ ਹੀ ਹੈ ਉਹਨੂੰ ਤੋਂ ਹੀ ਸੁਣਾਣੇ ਆ ਕਿ ਜਿਹੜੇ ਲੋਕ ਪੂਰੇ ਆਲਰੇਡੀ ਹੋ ਹੀ ਚੁਕੇ ਦੇ ਜਿਹੜੇ ਕਾਰਗੇ ਤੇ ਉਹਨੇ ਗਿਆ ਹਸਤਾਲਿਆਂ ਦਾ ਤਰੇ ਲੋਕ ਜਿਹੜੇ ਉਹ ਇਹ ਜਿਹੜੇ ਕਾਰਗੇ ਪੂਰੇ ਪਹਿਲੇ ਹੋਈ ਦੇ ਫਿਰ ਉਹਨੇ ਹਸਤਾਲ ਜਿਹੜਾ ਉਹ ਲਿਆਂਦਾ ਜਿਸਿਆਂ ਆਖਣ ਨੂੰ ਨੇ ਕਿ ਹੋਮ ਬ੍ਰਾਡ ਡੈਟ ਜਿਹੜੇ ਲਿਆਂਦੇ ਨੇ ਦੋ ਲੋਕ ਜਿਹੜੇ ਸਕੀਮਸ ਜੀਵੀਸੀ ਬੇਵਿਨਾ ਤੋਂ ਜਿਹੜੇ ਉਹ ਪੂਰੇ ਹੋਏ ਨੇ ਦੋ ਲੋਕ ਸਕੀਮ ਸੋਰਾ ਤੋਂ ਪੂਰੇ ਹੋਏ ਨੇ ਪੰਜ ਲੋਕ ਐਸਐਮਐਚਸ ਹਸਪੀਟਲ ਸਿਨਗਰ ਤੋਂ ਜਿਹੜੇ ਆ ਪੰਜ ਲੋਕਾਂ ਦੀ ਮੌਤ ਦੀ ਖਬਰ ਜਿਹੜੀ ਆ ਉਹ ਆਈ ਹੈ ਇਹਦੇ ਕੰਨੇ ਤੁਸੀਂ ਪੁਲਵਾਮਾ ਦਾ ਦੱਸਾਂ ਤੇ ਚਾਰ ਲੋਕ ਜਿਹੜੇ ਨੇ ਉਹ ਡੀਐਚ ਪੁਲਵਾਮਾ ਹਸਪੀਟਲ ਦੇ ਜਿਹੜੇ ਨੇ ਉਹ ਪੂਰੇ ਹੋਏ ਨੇ ਤੇ ਇਹਦੇ ਕੰਨੇ ਤੁਸੀਂ ਦੱਸਾਂ ਕਿ ਡਿਸਟ੍ਰਿਕਟ ਹਸਪੀਟਲ ਬਾਂਡੀਪੂਰਾ ਤੋਂ ਵੀ ਇੱਕ ਬੰਦੇ ਨੇ ਜਿਹੜੀ ਔਰੀ ਵੀ ਜਾਨ ਜੜੀ ਆ ਉਹ ਚਲੀ ਹੀ ਐ ਇਹਦੇ ਕੰਨੇ ਜ ਗਾਂਦਰਬਲ ਦਾ ਅਸਨਾਤ ਡਿਸਟ੍ਰਿਕਟ ਹਸਪੀਟਲ ਗਾਂਦੀਨਗਰ ਗਾਂਦਰਬਲ ਤੋਂ ਵੀ ਦੋ ਲੋਕਿਆਂ ਦੀ ਮੌਤ ਦੀ ਖਬਰ ਜੜੀ ਹੈ ਉਹ ਆਈ ਹੈ ਸਿਰਨਾਗਰ ਦੀ ਜੇ ਗੱਲ ਕਰਾਂ ਤੇ ਦੋ ਮੌਤਾਂ ਜੜੀਆਂ ਉਹ ਸੀਡੀ ਹਸਪੀਟਲ ਸਿਰਨਾਗਰ ਤੋਂ ਵੀ ਹੋਈ ਹੈ ਇੱਕ ਬੰਦਾ ਜਿਹੜਾ ਉਹ ਡਿਸਟ੍ਰਿਕਟ ਹਸਪੀਟਲ ਕੁਲਗਾਮ ਤੋਂ ਵੀ ਪੂਰਾ ਹੋਇਆ ਹੈ ਔਰ ਦੇਵੇਂ ਸਪੋਰ ਦੀ ਗੱਲ ਕਰਨਾ ਤੇ ਸੀਐਚੀ ਸਪੋਰ ਚ ਵੀ ਇੱਕ ਲੋਗ ਇੱਕ ਬੰਦਾ ਜਿਹੜਾ ਹ ਉਹ ਪੂਰਾ ਹੀਦਾ ਕੋਵਿਡ 19 ਦੀ ਵਾਇਆ ਕਰਨੇ ਦੋ ਮੋਤਾਂ ਜਿਹੜੀਆਂ ਨਾ ਉਹ ਗਵਰਨਮੈਂਟ ਮੈਡੀਕਲ ਕਾਲਜ ਅਨੰਤਨਾਗ ਤੋਂ ਹੀ ਹੈ ਔਰ ਬਾਰਾਮੂਲਾ ਦੀ ਜੇ ਗੱਲ ਕਰਾਂ ਤਾਂ ਜੀਐਮਸੀ ਬਾਰਾਮੂਲਾ ਚ ਵੀ ਦੋ ਲੋਕ ਚਾਰ ਲੋਕ ਜਿਹੜੇ ਨੇ ਮਾਫੀ ਚਾਹਨੀ ਚਾਰ ਲੋਕ ਜਿਹੜੇ ਨੇ ਉਹ ਪੂਰੇ ਹੋਏ ਕਪਵਾੜਾ ਜੇ ਕਪਵਾੜਾ ਦਾ ਜੇ ਮੈਂ ਤੁਸੇਂ ਕੀ ਆਲ ਸੁਣਾਵਾਂ ਤਾਂ ਅੱਜ ਦੇ ਦਿਨ ਕਪਵਾੜਾ ਦੇ ਸੀਐਚੀ ਹਸਪੀਟਲ ਤੋਂ ਦੋ ਲੋਕ ਪੂਰੇ ਹੋਏ ਦਿਨ ਹੈ ਔਰ ਜਿਸ ਸਨਾਵਾ ਤੋਂ ਹੀ ਗੀ ਜੀਐਲਐਨਐਮ ਸਰਨਗਰ ਦਾ ਹਾਲਚਾਲ ਤੇ ਅੱਜ ਉਥੋਂ 24 ਮੌਤਾਂ ਜੜੀਆਂ ਉਹ ਉਹ ਹੀ ਹਨ ਤੇ ਇਹ ਤੁਸੀਂ ਮੈਨੂੰ ਦੱਸੀ ਹੋਣਾ ਕਿ ਟੋਟਲ ਜਿਹੜੀ ਸਾਡੇ ਜੰਮੂ ਕਸ਼ਮੀਰ ਚ 71 ਲੋਕ ਪੂਰੇ ਹੋਏ ਨੇ ਉਹ ਸਾਰਿਆਂ ਦੀ ਡਿਟੇਲ ਤੁਸੀਂ ਮੈਨੂੰ ਦੱਸੀ ਹੋੜੀ ਕਿ ਕੇਸ ਹਸਪਤਾਲ ਤੋਂ ਕਿੰਨੇ ਲੋਕਾਂ ਦੀ ਮੌਤ ਦੀ ਖਬਰ ਜੜੀ ਹੈ ਉਹ ਆਈ ਹੈ ਉਣ ਗੱਲ ਕਰਨਿਆ ਨਵੇਂ ਕੇਸ ਜਿਹੜੇ ਆਏ ਨੇ ਤੇ ਅੱਜ ਦੇ ਦਿਨ ਤੁਸੀਂ ਸੁਨਾ ਕਿ ਜੰਮੂ ਕਸ਼ਮੀਰ ਚ ਸਾਡੇ ਜਿਹੜੇ ਟੋਟਲ ਕੇਸ ਆਇਨਾ ਹੈ ਕੋਵਿਡ 19 ਦੇ ਉਹ ਹੈ 3967 ਯਾਨੀ ਇਹ ਤਿੰਨੀਆਂ ਕਰੀਬ-ਕਰੀਬ 4000 ਦੇ ਕਰ ਇਸ ਜਿਹੜੇ ਨੇ ਉਹ ਅੱਜ ਵੀ ਨਵੇਂ ਦਿਖਨੇਗੀ ਤੋਂ ਹੈ 4000 ਦੇ ਕਰੀਬ-ਕਰੀਬ ਲੋਕ ਅੱਜ ਵੀ ਕੋਵਿਡ ਦੇ ਜਾਲ ਚ ਫਸੇ ਨੇ ਇਹਦੇ ਇੱਕਨੇ ਜਿੰਮ ਤੋਂ ਅਸੀਂ ਖਾਲੀ ਜੰਮੂ ਡਿਵੀਜ਼ਨ ਦਾ ਦੱਸਾਂ ਕਿ ਸਾਡੇ ਜੰਮੂ ਡਿਵੀਜ਼ਨ ਚ ਅੱਜ ਦੇ ਦਿਨ ਕਿੰਨੇ ਕੇਸ ਆਇਨਾ ਤੋ ਉਹ ਹੈ 1704 1704 ਲੋਕ ਜਿਹੜੇ ਨੇ ਉਹ ਕੋਵਿਡ 19 ਦੇ ਚਪੇਟ ਚ ਆਇਨਾ ਹੈ ਕਸ਼ਮੀਰ ਡਿਵੀਜ਼ਨ ਦੀ ਜੇ ਗੱਲ ਕਰਾਂ ਤਾਂ ਕਸ਼ਮੀਰ ਡਿਵੀਜ਼ਨ ਤੋਂ 2263 ਲੋਕ ਜਿਹੜੇ ਨੇ ਉਹ ਕਸ਼ਮੀਰ ਡਿਵੀਜ਼ਨ ਤੋਂ ਪੋਜ਼ਿਟਿਵ ਆਏ ਆਂ ਇੰਗਾ ਰਿਕਵਰੀਜ਼ ਦਾ ਵੀ ਹੁਣ ਤੁਸੀਂ ਸੁਣਾਨੇ ਆ ਤੇ ਰਿਕਵਰੀਜ਼ ਵੀ ਬਥੇ ਨਹੀ ਹੋਈਆਂ ਅੱਜ ਦੇ ਦਿਨ 3823 ਰਿਕਵਰੀਜ਼ ਜਿਹੜੀਆਂ ਉਹ ਅੱਜ ਦੇ ਦਿਨ ਸਾਡੇ ਜੰਮੂ ਕਸ਼ਮੀਰ 'ਚ ਦਿਖਣੇ ਗਈ ਤੋਂ ਹੀਆਂ ਜਿਹਦੇ ਵਿੱਚੋਂ ਗੱਲ ਕਰਾਂ ਜੇ ਮੈਂ ਆਪਣੇ ਜੰਮੂ ਡਿਵੀਜ਼ਨ ਦੀ ਤਾਂ 1360 ਲੋਕ ਜਿਹੜੇ ਨੇ ਉਹ ਜੰਮੂ ਡਿਵੀਜ਼ਨ ਤੋਂ ਰਿਕਵਰ ਹੋਈਏ ਆਪਣੇ ਆਪਣੇ ਕਾਰ ਗੇਨ ਹੈ ਤੇ ਜੇ ਕਸ਼ਮੀਰ ਡਿਵੀਜ਼ਨ ਦੀ ਗੱਲ ਕਰਾਂ ਤਾਂ 2463 ਰਿਕਵਰੀਜ਼ ਜੜੀਆਂ ਨੇ ਉਹ ਕਸ਼ਮੀਰ ਡਿਵੀਜ਼ਨ ਤੋਂ ਅੱਜ ਦਿਖਣੇਤ ਹੋਈ ਤਾਂ ਉਹਨਾਂ ਤੋਂ ਹੀ ਕਿ ਰਿਕਵਰੀਜ਼ ਵੀ ਡਿਸਟ੍ਰਿਕਟ ਵਾਈਜ਼ ਦੱਸਣਿਆ ਤੇ ਕੰਨੇ ਐਕਟਿਵ ਕੇ ਨਵੇਂ ਕੇਸ ਵੀ ਜਿਹੜੇ ਨੇ ਉਹ ਡਿਸਟ੍ਰਿਕਟ ਵਾਈਜ਼ ਦੱਸਣਿਆ ਤਾਂ ਸਭ ਤੋਂ ਪਹਿਲੇ ਜੇ ਮੈਂ ਗੱਲ ਕਰਾਂ ਜੰਮੂ ਡਿਵੀਜ਼ਨ ਦੀ ਤੇ ਜਿਹਾ ਕਿ ਮੈਂ ਤੁਹਾਨੂੰ ਦੱਸਿਆ ਕਿ ਅੱਜ ਦੇ ਦਿਨ ਸਾਡੇ ਜੰਮੂ ਡਿਵੀਜ਼ਨ ਚ ਟੋਟਲ ਜੜੀਆਂ ਕੇਸ ਆਏ ਨੇ ਨਵੇਂ ਉਹ ਹੈ 1704 ਡਿਟੇਲ ਸੁਣੋ ਜੰਮੂ ਡਿਸਟ੍ਰਿਕਟ ਦੀ ਗੱਲ ਕਰਾਂ ਤਾਂ ਜੰਮੂ ਡਿਸਟ੍ਰਿਕਟ ਤੋਂ 522 ਯਾਨੀ ਕਿ 522 ਲੋਕ ਨਵੇਂ ਕੋਵਿਡ-19 ਦਾ ਸ਼ਿਕਾਰ ਹੋਏ ਉਦਮਪੁਰ ਤੋਂ 272 ਲੋਕ ਜਿਹੜੇ ਨੇ ਉਹ ਕੋਵਿਡ-19 ਦੇ ਜਾਲ 'ਚ ਫਸੇ ਨੇ ਅੱਜ ਦੇ ਦਿਨ ਜਿਹਦੇ ਵਿੱਚ ਉਹ ਟ੍ਰੈਵਲਰਸ ਦੀ ਗੱਲ ਕਰਾਂ ਤਾਂ ਟ੍ਰੈਵਲਰ ਖਾਲੀ ਹੈ 14 ਬਾਕੀ ਸਾਰੇ ਲੋਕ ਲੋਕਲ ਲੋਕ ਹੈ ਜਿਨੇ ਲਾਪਰਵਾਹੀ ਕੀਤੀ ਹੈ ਔਰ ਅੱਜ ਦੇ ਦਿਨ ਉਹ ਕੋਵਿਡ ਦੇ ਜਾਲ 'ਚ ਫਸੇ ਨੇ ਗੱਲ ਕਰਨ ਰਜੋਰੀ ਦੀ ਤਾਂ ਰਜੋਰੀ ਦੀ ਜੇ ਗੱਲ ਕਰਾਂ ਤਾਂ 141 ਕੇਸ ਜਿਹੜੇ ਨੇ ਉਹ ਅੱਜ ਨਵੇਂ ਰਜੋਰੀ ਤੂੰ ਦਿਖਨੇਗੀ ਤੋ ਜਿਹਦੇ ਵਿੱਚੋਂ ਖਾਲੀ ਦੋ ਲੋਕ ਜਿਹੜੇ ਹੋ ਟਰੈਵਲਰ ਇਹ ਡੋਡਾ ਤੂੰ ਅੱਜ ਦੇ ਦਿਨ 59 ਲੋਕ ਜਿਹੜੇ ਨੇ ਉਹ ਪੋਜ਼ਿਟਿਵ ਆਇਆ ਨੇ ਔਰ ਇਹਦੇ ਵਿੱਚ ਕੋਈ ਵੀ ਟਰੈਵਲਰ ਨਹੀਂ ਹੈਹੀਂ ਕਠੂਏ ਤੂੰ 183 ਲੋਕ ਅੱਜ ਦੇ ਦਿਨ ਪੋਜ਼ਿਟਿਵ ਆਏ ਉਹਦੇ ਵਿੱਚੋਂ ਪੰਜ ਲੋਕ ਟਰੈਵਲਰ ਹੈ ਬਾਕੀ ਦੇ ਸਾਰੇ ਦੇ ਸਾਰੇ ਲੋਕਲ ਜਿਹਨੇ ਲਾਪਰਵਾਹੀਆਂ ਕੀਤੀਆਂ ਔਰ ਸਾਂਬੇ ਦੀ ਜੇ ਗੱਲ ਕਰਾਂ ਤਾਂ 107 ਲੋਕ ਸਾਂਬੇ ਤੂੰ ਵੀ ਅੱਜ ਦੇ ਦਿਨ ਕੋਵਿਡ 19 ਦੀ ਰਿਪੋਰਟ ਜਿਹੜੀ ਹੁੰਦੀ ਹੈ ਉਹ ਪੋਜ਼ਿਟਿਵ ਆਈ ਹੈ 107 ਵਿੱਚੋਂ 5 ਲੋਕ ਜਿਹੜੇ ਇਹ ਉਹ ਟਰੈਵਲਰ ਹੈ ਬਾਕੀ 102 ਲੋਕ ਜਿਹੜੇ ਹੈ ਉਹ ਲੋਕਲ ਲੋਕ ਹੈ ਕਿਸ਼ਤਵਾਰ ਤੋਂ 49 ਨਵੇਂ ਕੇਸ ਦਿਖਨੇਗੇ ਤੋਂ ਇਹਨਾਂ ਔਰ ਸਾਰੇ ਦੇ ਸਾਰੇ ਜਿਹੜੇ ਹੈ ਉਹ ਲੋਕਲ ਲੋਕ ਪੂਨਚ ਤੋਂ 123 ਲੋਕ ਜਿਹੜੇ ਨੇ ਉਹ ਪੋਜ਼ਿਟਿਵ ਆਇਨ ਹੈ ਔਰ 123 ਵਿੱਚੋਂ 12 ਲੋਕ ਟਰੈਵਲਰ ਹੈ ਬਾਕੀ ਸਾਰੇ ਜਿਹੜੇ ਨੇ ਉਹ ਲੋਕਲ ਲੋਕ ਰਾਮਬੰਦ ਦੀ ਗੱਲ ਕਰਤੇ ਤੇ ਰਾਮਬੰਦ ਤੋਂ ਅੱਜ ਦਿਨ 188 ਨਵੇਂ ਪੋਜ਼ਿਟਿਵ ਕੇਸ ਜਿਹੜੇ ਨੇ ਉਹ ਦਿਖਨੇਗੇ ਤੋਂ ਇਹ ਔਰ ਸਾਰੇ ਦੇ ਸਾਰੇ ਲੋਕਲ ਲੋਕ ਹੈ ਰਿਆਸੀ ਦੀ ਜੇ ਗੱਲ ਕਰਾਂ ਤੇ ਰਿਆਸੀ ਤੂੰ 60 ਲੋਕ ਪੋਜ਼ਿਟਿਵ ਆਏ ਨੇ ਤੇ ਉਹ ਵੀ ਸਾਰੇ ਲੋਕਲ ਲੋਗੇ ਇਹ ਤੁਹਾਨੂੰ ਸਾਫ਼ ਪਤਾ ਚੱਲਦਾ ਕਿ ਲਾਪਰਵਾਹੀਆਂ ਅੱਲੇ ਵੀ ਉਹ ਆਦੀਆਂ ਲਾਕਡਾਊਨ ਲਾਣੇ ਦੇ ਬਾਅਦ ਵੀ ਉਹ ਆਦੀਆਂ ਕਿਉਂਕਿ ਟਰੈਵਲਰਸ ਦੀ ਜੇ ਮੈਂ ਗਿਣਤੀ ਕਰਾਂ ਤੇ ਅੱਜ ਦੇ ਦਿਨ ਸਾਡੇ ਜੰਮੂ ਡਿਵੀਜ਼ਨ ਚ ਜਿਹੜੇ ਟੋਟਲ ਟਰੈਵਲਰਸ ਜਿਹੜੇ ਨੇ ਅ ਪੋਜ਼ਿਟਿਵ ਆਏ ਨੇ ਉਹ ਆ ਖਾਲੀ 75 ਔਰ ਬਾਕੀ ਜਿਹੜੇ ਸਾਰੇ ਨੇ ਅ 75 ਕੀ ਛੱਡੀ ਜੇ ਮੈਂ ਗੱਲ ਕਰਾਂ ਅ ਬਾਕੀ ਲੋਕਾਂ ਦੀ ਜਿਹੜੇ ਲੋਕਲ ਲੋਕ ਪੋਜ਼ਿਟਿਵ ਆਏ ਨੇ ਤਾਂ ਉਹਦਾ ਅੰਕੜਾ ਹੈ 1629 ਯਾਨੀ ਕਿ 1629 ਲੋਕਾਂ ਨੇ ਲਾਪਰਵਾਹੀ ਕੀਤੀ ਹੈ ਜਿੱਦੀ ਵਾਇ ਹੈ ਕਿ ਅਜុន ਦੀ ਕੋਵਿਡ 19 ਦੀ ਰਿਪੋਰਟ ਜਿਹੜੀ ਹੈ ਉਹ ਪੋਜ਼ਿਟਿਵ ਆਈ ਦੀ। ਉਹ ਗੱਲ ਕਰਨਿਆ ਰਿਕਵਰੀਜ਼ ਦੀ ਕਿ ਅੱਜ ਦੇ ਦਿਨ ਕਿੰਨੇ ਲੋਕਾਂ ਰਿਕਵਰ ਕੀਤਾ ਜੰਮੂ ਡਿਵੀਜ਼ਨ ਤੋਂ ਤੇ ਅ ਅੱਜ ਦੇ ਦਿਨ ਟੋਟਲ ਰਿਕਵਰੀਜ਼ ਜਿਹੜੀ ਜੰਮੂ ਡਿਵੀਜ਼ਨ ਚ ਜੜੀ ਹੋਈ ਦੀ ਆ ਉਹ ਹੈ 1360 ਹੁਣ ਡਿਸਟ੍ਰਿਕਟ ਵਾਈਜ਼ ਜਾਣਨੇ ਆ। ਡਿਸਟ੍ਰਿਕਟ ਵਾਈਜ਼ ਜੇ ਤੁਸੀਂ ਕੀ ਦੱਸਾਂ ਤਾਂ ਅੱਜ ਦੇ ਦਿਨ ਸਾਡੇ ਜੰਮੂ ਡਿਸਟ੍ਰਿਕਟ ਤੋਂ ਬਥੇਰੀਆਂ ਰਿਕਵਰੀ ਹੋਈਆਂ 644 ਲੋਕਾਂ ਅੱਜ ਦੇ ਦਿਨ ਰਿਕਵਰ ਕਰ ਹੀ ਲਿਆ ਹੈ ਉਦਮਪੁਰ ਦੀ ਜੇ ਗੱਲ ਕਰਾਂ ਤਾਂ ਉਦਮਪੁਰ ਤੋਂ 114 ਯਾਨੀ ਕਿ 114 ਲੋਕ ਇਸ ਬਿਮਾਰੀ ਤੋਂ ਇਸ ਕੋਵਿਡ-19 ਦੇ ਜਾਲ ਤੋਂ ਨਿਕਲੀ ਆਪਣੇ ਆਪਣੇ ਘਰ ਜਿਹੜੇ ਨਾ ਅੱਜ ਗਏ ਨੇ ਔਰ ਰਜੋਰੀ ਦੀ ਗੱਲ ਕਰਾਂ ਤਾਂ ਰਜੋਰੀ ਤੋਂ 131 ਲੋਕਾਂ ਅੱਜ ਦੇ ਦਿਨ ਰਿਕਵਰ ਕਰ ਹੀ ਲਿਆ ਹੈ ਡੋਡਾ ਤੋਂ 50 ਲੋਕਾਂ ਦੀ ਰਿਕਵਰੀ ਦੀ ਖਬਰ ਜਿਹੜੀ ਆਈ ਦੀ ਹੈ ਕਠੂਏ ਦੀ ਗੱਲ ਕਰਾਂ ਤਾਂ 143 ਲੋਕ ਜਿਹੜੇ ਨੇ ਕਠੂਏ ਦੇ ਰੋਣੇ ਆਲੇ ਇਹ ਉਹ ਵੀ ਅੱਜ ਦੇ ਦਿਨ ਉਹਦਾ ਕੋਵਿਡ 19 ਦਾ ਟੈਸਟ ਜਿਹੜਾ ਹੈ ਉਹ ਨੈਗੇਟਿਵ ਆਇਆ ਔਰ ਆਪਣੇ ਆਪਣੇ ਕਾਲ ਪੁੱਜੀਏ ਤੇ ਸਾਂਬੇ ਤੋਂ 96 ਰਿਕਵਰੀਜ਼ ਹੋਈਆਂ ਕਿਸ਼ਤਵਾਰ ਤੋਂ 77 ਲੋਕੇ ਰਿਕਵਰ ਕਰ ਹੀ ਲਿਆ ਹੈ ਪੁੰਛ ਤੋਂ 17 ਲੋਕੇ ਰਿਕਵਰ ਕਰ ਹੀ ਲਿਆ ਹੈ ਇਹਦੇ ਕੰਨੇ ਰਾਮਬੰਦ ਦਾ ਸੁਨਾਵਾ ਰਾਮਬੰਦ ਤੋਂ 46 ਲੋਕੇ ਰਿਕਵਰ ਕਰ ਹੀ ਲਿਆ ਔਰ ਰਿਆਸੀ ਤੋਂ 42 ਲੋਕ ਜਿਹੜੇ ਨੇ ਉਹ ਅੱਜ ਉਹ ਉਹਦੇ ਘਰ ਵਾਲੇ ਵੀ ਇੱਕ ਲੰਮਾ ਸਾਲ ਆ ਰਹੇ ਹੋਣੇ ਕਿ ਸਾਡੇ ਘਰ ਦੇ ਜੀ ਜਿਹੜੇ ਨੇ ਉਹ ਠੀਕ ਹੋਈਏ ਫਾਈਨਲੀ ਮਤਲਬ ਇਸ ਮਹਾਮਾਰੀ ਦੇ ਦੌਰਾਨ ਵੀ ਉਹਨੇ ਕੋਵਿਡ 19 ਕਰਨੇ ਆਪਣੀ ਲੜਾਈ ਜੜੀ ਹੈ ਉਹ ਜਿਹੜੀ ਲੜਾ ਰਹੇ ਉਹ ਜਿੱਤੀ ਲਏ ਹੋਰ ਅੱਜ ਦੇ ਦਿਨ ਰਿਕਵਰ ਹੋਈ ਆਪਣੇ ਘਰ ਜਿਹੜੇ ਨੇ ਉਹ ਪੁੱਜੀਏ ਤੇ ਓਨ ਗੱਲ ਕਰਨਿਆਂ ਕਸ਼ਮੀਰ ਡਿਵੀਜ਼ਨ ਦੀ ਤੇ ਕਸ਼ਮੀਰ ਡਿਵੀਜ਼ਨ ਤਾਂ ਮੈਂ ਤੁਸਾਂ ਹੀ ਸੁਣਾ ਕਿ ਸਭ ਤੋਂ ਪਹਿਲੇ ਕੇਸ ਦੱਸਨੀ ਆ ਕਿ ਟੋਟਲ ਜਿਹੜੇ ਕੇਸ ਆਏ ਨੇ ਕਸ਼ਮੀਰ ਡਿਵੀਜ਼ਨ ਤੋਂ ਅੱਜ ਦੇ ਦਿਨ ਨਵੇਂ ਉਹ ਹੈ 2263 ਤੋਂ ਸਭ ਤੋਂ ਪਹਿਲੇ ਕੇਸ ਜਿਹੜੇ ਨਾ ਉਹ ਡਿਸਟ੍ਰਿਕਟ ਵਾਈਜ਼ ਦਿਖਿ ਲੈਣੇ ਆ ਅੱਜ ਦੇ ਦਿਨ ਸਰਨਗਰ ਤੋਂ 666 ਨਵੇਂ ਲੋਕ ਜਿਹੜੇ ਨਾ ਉਹ ਪੋਜ਼ਿਟਿਵ ਆਏ ਨੇ ਔਰ ਸਾਰੇ ਦੇ ਸਾਰੇ ਲੋਕਲ ਲੋਕ ਇਹਦੇ ਵਿੱਚੋਂ ਇੱਕ ਬਟ੍ਰੈਵਲਰ ਦੀਆਂ ਹੀ ਟਰੈਵਲਰ ਚਲੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜੇ ਆਇਆ ਰਹਾ ਉਹ ਤਾਂ ਵੀ ਐਸੇ ਮੰਨੀ ਸਕਦੇ ਹਾਂ ਕਿ ਹਾਂ ਉਹਨੇ ਬੜਾ ਲੰਬਾ ਸਫ਼ਰ ਤੈਅ ਕੀਤਾ ਹੋਣਾ ਬਥੇਰੇ ਲੋਕ ਆਪਸ ਚ ਹੋਰੇ ਕਨੇ ਮਿਲੇ ਹੋਣੇ ਤਾਂ ਤਾਂ ਔਰੀ ਵਾਇਆ ਕਰਨੇ ਜਿਹੜਾ ਉਹ ਪੋਜ਼ਿਟਿਵ ਹੋ ਹੀ ਸਕਦਾ ਲੇਕਿਨ 600 666 ਲੋਕ ਕੇ ਜਿਹੜੇ ਸਾਰੇ ਲੋਕਲ ਹੈ ਹਾਲਾਂਕਿ ਲਾਕਡਾਊਨ ਲੱਗਾ ਰਾ ਪ੍ਰੋਪਰ ਰੈਸਟ੍ਰਿਕਸ਼ਨਸ ਲੱਗਾ ਦੀ ਔਰੇ ਬਾਵਜੂਦ ਵੀ ਲਾਪਰਵਾਹੀ ਕਰਨੇ ਦੇ ਬਾਅਦ ਜਿਹੜੇ ਨਾ ਉਹ ਪੋਜ਼ਿਟਿਵ ਆ ਰਹੇ ਤਾਂ ਬਾਰਾਮੁਲਾ ਦੀ ਜੇ ਗੱਲ ਕਰਾਂ ਤਾਂ ਬਾਰਾਮੁਲਾ ਤੋਂ 196 ਨਵੇਂ ਕੋਵਿਡ ਦੇ ਕੇਸਸ ਦਿਖਨੇਗੇ ਥੋਏ ਇਹ ਵੀ ਸਾਰੇ ਦਾ ਸਾਰੇ ਲੋਕਲ ਬੜਗਾਮ ਤੋਂ ਗਲਗਰਾਂਦ ਬੜਗਾਮ ਤੋਂ 454 ਨਵੇ ਲੋਕ ਜਿਹੜੇ ਨੇ ਉਹ ਵੀ ਕੋਵਿਡ ਦੇ ਜਾਲ ਚ ਫਸੇ ਨੇ ਉਹ ਵੀ ਸਾਰੇ ਲੋਕਲ ਤੇ ਪੁਲਵਾਮਾ ਤੋਂ 127 ਲੋਕ ਪੋਜ਼ਿਟਿਵ ਆਏ ਇਹ ਵੀ ਸਾਰੇ ਲੋਕਲ ਨੇ ਕਪਵਾੜਾ ਤੋਂ 120 ਲੋਕ ਪੋਜ਼ਿਟਿਵ ਆਏ ਨੇ ਇੱਥੇ ਵੀ ਕੋਈ ਟਰੈਵਲਰ ਜਿਹੜਾ ਉਹ ਨਹੀਂ ਲੱਭਨੇ ਲੱਭਦਾ ਹੈ ਇੱਥੇ ਵੀ ਟਰੈਵਲਰ ਦੀ ਜਗ੍ਹਾ ਲਿਖਿਆ ਸ਼ੂਨਿਆ ਹੈ ਇਹਦਾ ਮਤਲਬ ਸਾਫ਼ ਪਤਲ ਜਲਦਾ ਹੈ ਕਿ 127 ਲੋਕ ਪੁਲਵਾਮਾ ਦਰੋਣੇ ਵਾਲੇ ਜਿਹਨੇ ਲਾਪਰਵਾਹੀਆਂ ਕੀਤੀ ਹੈ ਤਾਂ ਅੱਜ ਉਹਦੀ ਕੋਵਿਡ 19 ਦੀ ਰਿਪੋਰਟ ਜਿਹੜੀ ਹੈ ਉਹ ਪੋਜ਼ਿਟਿਵ ਹੈ ਇਰੇ ਕੰਨੇ ਤੋਂ ਹੀ ਕੁਪਵਾਲਾ ਦਾ ਸਨਾਤ 120 ਲੋਕ ਕੁਪਵਾਲਾ ਦੇ ਵੀ ਰੋਣੇ ਵਾਲੇ ਹੁੰਦਾ ਵੀ ਅੱਜ ਕੋਵਿਡ-19 ਦਾ ਟੈਸਟ ਪੋਜ਼ਿਟਿਵ ਆਇਆ ਹੈ। ਇਰੇ ਕੰਨੇ ਅਨੰਤਨਾਗ ਦਾ ਸਨਾਤ ਅਨੰਤਨਾਗ ਤੋਂ 156 ਨਵੇਂ ਪੋਜ਼ਿਟਿਵ ਕੇਸ ਦਿਖਨੇ ਕੀ ਥੋਏ। ਬਾਂਡੀਪੂਰਾ ਤੋਂ 134 ਨਵੇਂ ਪੋਜ਼ਿਟਿਵ ਕੇਸ ਦਿਖਨੇ ਥੋਏ। ਬਾਂਡੀਪੂਰਾ ਤੋਂ ਜਿਹੜੇ 134 ਨਵੇਂ ਕੇਸ ਆਏ ਨੇ ਉਹਦੇ ਵਿੱਚੋਂ 19 ਲੋਕ ਜਿਹੜੇ ਉਹ ਟਰੈਵਲਰ ਹੈ ਬਾਕੀ ਦੇ ਸਾਰੇ ਦੇ ਸਾਰੇ ਲੋਕਲ ਹੈ। ਗਾਂਦਰਬਲ ਤੂੰ 116 ਲੋਕ ਪੋਜ਼ਿਟਿਵ ਆਏ ਨੇ ਕੁੱਲ ਗਾਂਬ ਤੋਂ 190 ਔਰ ਸ਼ੋਪੀਆਂ ਤੋਂ 104 ਲੋਕ ਜਿਹੜੇ ਨੇ ਉਹ ਅੱਜ ਦੇ ਦਿਨ ਪੋਜ਼ਿਟਿਵ ਆਏ ਨੇ ਓਨ ਗੱਲ ਕਰਨਿਆ ਰਿਕਵਰੀਜ਼ ਦੀ ਤੇ ਕਸ਼ਮੀਰ ਡਿਵੀਜ਼ਨ ਤੋਂ ਅੱਜ ਦੇ ਦਿਨ ਜਿਹੜੀਆਂ ਰਿਕਵਰੀਆਂ ਹੋਈਆਂ ਨੇ ਉਹਦਾ ਆਂਕੜਾ ਹੈ 2463 ਲੋਕਾਂ ਜਿਹੜਾ ਉਹ ਰਿਕਵਰ ਕੀਤਾ ਹੈ ਯਾਨੀ ਕਿ ਉਹਨੇ ਅੱਜ ਦੇ ਦਿਨ ਕੋਵਿਡ ਕੰਨੇ ਆਪਣੀ ਲੜਾਈ ਜਿਹੜੀ ਉਹ ਲੜਾ ਦੇ ਨੀਚੇ irdi ਉਹ ਆਜੋਣੇ ਜਿੱਤੀ ਲਈ ਔਰ ਆਪਣੇ ਕਾਰਬੂਜੇ ਨੇ ਤਾਂ ਉਹਦਾ ਵੀ ਆਂਕੜਾ ਤੁਸੀਂਗੀ ਡਿਸਟ੍ਰਿਕਟ ਵਾਈਸ ਸੁਣਾਉਣਾ ਕਿ ਸਿਰਨਗਰ ਤੂੰ ਅੱਜ ਦੇ ਦਿਨ 730 ਲੋਕ ਰਿਕਵਰ ਕਰੀ ਇਹ ਆਪਣੇ ਆਪਣੇ ਕਾਰਗੈਨ ਹੈ ਇਹ ਬੜੀ ਵੱਡੀ ਗੱਲ ਹੈ ਸਿਰਨਗਰ ਦੇ ਲੋਕੇ ਤਾਂ ਹੀ ਜਿੱਥੇ ਇਹਨੇ ਕੇਸ ਦਿਖਨੇਗੀ ਥੋਾਰੇ ਕਿ ਅੱਜ ਦੇ ਦਿਨ 666 ਨਵੇਂ ਕੇਸ ਆਇਆ ਔਰ ਅੱਜ ਦੇ ਦਿਨ ਹੀ 730 ਲੋਕ ਜਿਹੜੇ ਨੇ ਉਹ ਰਿਕਵਰ ਵੀ ਹੋਏ ਨੇ ਤੇ ਬਾਰਾਮੁਲਾ ਦੀ ਜੇ ਗੱਲ ਕਰੀਏ ਤੇ 425 ਲੋਕ ਜਿਹੜੇ ਨਾ ਉਹ ਬਾਰਾਮੁਲਾ ਦੇ ਰੋਣੇ ਵਾਲੇ ਜਿਹਨੇ ਰਿਕਵਰ ਕੀਤਾ ਔਰ ਅੱਜ ਆਪਣੇ ਘਰ ਗਏ ਬੜਗਾਮ ਤੋਂ 313 ਲੋਕਾਂ ਦੀ ਰਿਕਵਰੀ ਦੀ ਖਬਰ ਆਈ ਰਹੀ ਪੁਲਵਾਮਾ ਤੋਂ 201 ਲੋਕੇ ਰਿਕਵਰ ਕਰ ਲਿਆ ਖੁਪਵਾੜਾ ਤੋਂ 143 ਰਿਕਵਰੀ ਜਿਹੜੀਆਂ ਉਹ ਆਈਆਂ ਹਨ ਅਨੰਤਨਾਗ ਤੋਂ 200 ਲੋਕਾਂ ਨੇ ਰਿਕਵਰ ਕੀਤਾ ਬਾਂਡੀਪੂਰਾ ਦੇ ਰੋਣੇ ਵਾਲੇ 32 ਲੋਕ ਉਹ ਵੀ ਅੱਜ ਕੋਵਿਡ ਦੇ ਜਾਲ ਤੋਂ ਨਿਕਲੀ ਆਏ ਨਾ ਬਾਹਰ ਯਾਨੀ ਕਿ ਨੈਗੇਟਿਵ ਆਇਆ ਹੁੰਦਾ ਰਿਪੋਰਟ ਜਿਹੜਾ ਗਾਂਦਰਬਲ ਦੀ ਜੇ ਗੱਲ ਕਰਾਂ ਤਾਂ 149 ਰਿਕਵਰੀ ਜਿਹੜੀ ਉਹ ਗਾਂਦਰਬਲ ਤੋਂ ਵੀ ਦਿਖਣੇਗੀ ਥੋਈ ਅੱਜ ਦੇ ਦਿਨ ਕੁੱਲਗਾਮ ਤੋਂ 146 ਰਿਕਵਰੀ ਕੁੱਲਗਾਮ ਤੋਂ ਦਿਖਣੇਗੀ ਥੋਈ ਔਰ ਸ਼ੋਪੀਆਂ ਦੇ ਰੋਣੇ ਵਾਲੇ 124 ਲੋਕ ਜਿਹੜੇ ਕੀ ਇਸ ਬਿਮਾਰੀ ਤੋਂ ਮੁਕਤ ਹੋ ਹੀ ਚੁੱਕੇ ਨਾ ਤੇ ਆਪਣੇ ਆਪਣੇ ਘਰ ਜਿਹੜੇ ਉਹ ਆਈਏ ਤੇ ਇਹ ਆ ਅੰਕੜਾ ਅੱਜ ਦਾ ਪੂਰਾ ਟੋਟਲ ਇੱਕ ਵਾਰੀ ਪਰਤੀ ਤੁਸੀਂ ਟੋਟਲ ਸਾਰਾ ਸੁਣਾਉਣਾ ਕਿ ਅੱਜ ਦੇ ਦਿਨ ਟੋਟਲ ਕੇਸ ਜਿਹੜੇ ਆਇਆ ਹੈ ਉਹ ਹੈ 3967 ਔਰ ਰਿਕਵਰੀਜ਼ ਜਿਹੜੀ ਟੋਟਲ ਹੋਈਆਂ ਰਿਕਵਰੀਜ਼ ਦਾ ਅੰਕੜਾ ਹੈ 3823 ਅ ਇਸ ਹੀ ਆ ਨਜ਼ਰ ਅੰਦਾਜ਼ ਨਹੀਂ ਕਰੀ ਸਕਦੇ ਕਿ ਜਿੱਥੇ ਇੱਕ ਪਾਸੇ ਇੰਨੇ ਕੇਸ ਆਦ ਰਹੇ ਉੱਥੇ ਦੂਏ ਪਾਸੇ ਰਿਕਵਰੀਜ਼ ਵੀ ਬਥੇਰੀਆਂ ਹੋ ਆ ਰਹੀਆਂ ਹੈ ਪਰ ਪੈੜੀ ਖਬਰ ਇਹ ਵੀ ਹੈ ਇਸੇ ਵੀ ਆਏ ਦਿਖੀ ਅਖਾਣੀ ਮਿੱਟੀ ਸਕਦੇ ਕਿ 71 ਲੋਕ ਅੱਜ ਵੀ ਪੂਰੇ ਹੋਏ ਨੇ 71 ਲੋਕ ਤਾਂ ਪੂਰੇ ਹੋਈਏ ਨੇ ਔਰ ਕਨੇ ਕਨੇ ਅ ਪ੍ਰਤੀਕ ਵਾਰੀ ਸੁਣਾਉਣਾ ਕਿ 39 ਮੋਤਾਂ ਜੰਮੂ ਡਿਵੀਜ਼ਨ ਤੋਂ ਆਈਆਂ ਨੇ ਤੇ 32 ਲੋਕ ਜਿਹੜੇ ਨੇ ਉਹ ਕਸ਼ਮੀਰ ਡਿਵੀਜ਼ਨ ਤੋਂ ਪੂਰੇ ਹੋਏ ਨੇ ਪਿਛੇ ਜੇ ਇਹ ਦਿਖਨੇਗੀ ਥੋੜਾ ਰਹਾ ਕਿ ਕਸ਼ਮੀਰ ਡਿਵੀਜ਼ਨ ਤੋਂ ਅ ਡੈਥ ਟੋਲ ਜਿਹੜਾ ਉਹ ਘਟ ਦਿਖਨੇਗੀ ਥੋੜਾ ਰਹਾ ਕਿ ਘਟ ਲੋਕ ਰੋਜ਼ ਦੇ ਪੂਰੇ ਹੋ ਰਹੇ ਪਰ ਅੱਜ ਜਿਹੜਾ ਉਹ ਨੰਬਰ ਜਿਹੜਾ ਉਹ ਵਧੀ ਹੈ ਅੱਜ 32 ਲੋਕ ਜਿਹੜੇ ਨੇ ਉਹ ਕਸ਼ਮੀਰ ਡਿਵੀਜ਼ਨ ਤੋਂ ਪੂਰੇ ਹੋਏ ਰਹਿਣਾ ਤੇ ਇਹ ਟਾਈਮ ਗੇ ਇਹਾ ਚਲਾਦਾ ਕਿ ਜਿੱਥੇ ਆਹੇ ਸਾਰੇ ਇੱਕ ਦੂਏ ਦੀ ਮਦਦ ਕਰਨੀ ਇੱਕ ਦੂਏ ਦੀ ਪੂਰਾ ਪੂਰਾ ਸਪੋਰਟ ਕਰਨਾ ਇੱਕ ਦੂਏ ਦੀ ਜ਼ਰੂਰਤਮੰਦ ਚੀਜ਼ਾਂ ਜੜੀਆਂ ਨੇ ਉਹਨੇ ਕੀ ਪੂਰਾ ਕਰਨਾ ਤਾਂ ਜਿੰਨੇ ਵੀ ਲੋਕ ਇਸ ਵੇਲੇ ਮੇਰੇ ਕੋਲ ਲਾਈਵ ਉਪਰ ਜੁੜੇ ਰਹੇ ਨੇ ਜਾਂ ਜਿਹੜੇ ਇਹ ਲਾਈਵ ਜਿਹੜਾ ਉਹ ਬਾਚੂ ਦਿਖਣਾ ਉਹਨੇ ਮੈਂ ਸਾਰੇ ਲੋਕਾਂ ਕੀ ਯੂ ਆਖਗੀ ਕਿ ਅ ਤੁਸੀਂ ਸਾਰੇ ਜਿਹੜੇ ਨਾ ਇੱਕ ਪਾਸੇ ਇਹ ਵੀ ਸੋਚੀ ਦਿਖੋ ਕਿ ਡਾਕਟਰਸ ਵੀ ਜਿਹੜੇ ਨੇ ਉਹ ਵੀ ਦਿਨ ਰਾਤ ਲਈ ਮਿਹਨਤ ਕਰਾ ਦੇਣਾ ਉਹ ਵੀ ਆਪਣਾ ਟਾਈਮ ਜਿਹੜਾ ਹੈ ਉਹਨੇ ਪੂਰਾ ਪੂਰਾ ਆਪਣੇ ਟੱਬਰ ਕੀ ਜਿਹੜਾ ਉਹ त्यागी ਹੋੜੇ ਦਾ ਪੂਰਾ ਪੂਰਾ ਦਿਨ ਜਿਹੜਾ ਉਹ ਹਸਪਤਾਲਾਂ ਵਿੱਚ ਰੋਹਾਰੇ ਹੁਣ ਦੇ ਬਾਰੇ ਚ ਅभी ਸੋਚੋ ਉਹ ਵੀ ਖਰਾ ਕੰਮ ਕਰਾ ਦੇਣਾ ਉਹਦੀ ਵੀ ਇਹ ਕੋਸ਼ਿਸ਼ ਹੈ ਕਿ ਹਸਪਤਾਲ ਦੇ ਅੰਦਰ ਜਿੰਨੇ ਵੀ ਮਰੀਜ਼ ਆ ਰਹੇ ਆ ਸੁਣੇਗੀ ਬਚਾਚੇ ਬਸ ਦਿੱਕਤ ਇਹ ਹੋ ਹੈ ਕਿ ਸਟਾਫ ਕਟਾਅ ਔਰ ਮਰੀਜ਼ ਜਿਹੜਾ ਉਹ ਬੜਾ ਜ਼ਿਆਦਾ ਹੈ ਇੱਥੇ ਮੈਂ ਇਹ ਨਹੀਂ ਆਖਕਿਉਂ ਤੁਸੀਂ ਇਹ ਨਹੀਂ ਸੋਚੋ ਕਿ ਮੈਂ ਖਾਲੀ ਡਾਕਟਰਾਂ ਦੀ ਸਾਈਡ ਲੈਣੀ ਮੈਂ ਤੁੰਦੇ ਹਾਲ ਵੀ ਸਮਝ ਸਕਦੀ ਕਿ ਜਿਸ ਵੇਲੇ ਇੱਕ ਕਾਰ ਦਾ ਜੀਜਲਾ ਉਹ ਚਲੀ ਆਂਦਾ ਤੇ ਕਣਿਆ ਲੱਗਦਾ ਕਿ ਮੈਂ ਵੀ ਪਿੱਛੇ ਦੇ ਇਸੇ ਦੌਰ ਤੋਂ ਨਿਕਲੀ ਆਈਆਂ ਤਾਂ ਮੈਂ ਤੁੰਦੀ ਵੀ ਗੱਲ ਜਿਹੜੀ ਉਹ ਬੜੇ ਅੱਛੇ ਤਰੀਕੇ ਨਾਲ ਸਮਝੀ ਸਕਣੀ ਆ ਹਾਂ ਜਿਸ ਵੇਲੇ ਹਕਰੂਆ ਬਾਹਰ ਨਿਕਲਣੋਂ ਨਿਆ ਆਪਣੇ ਕੋਲ ਸੇ ਪੇਸ਼ੈਂਟ ਗਿ ਲਈਏ ਹਸਤਾਲ ਚ ਦਾਖਲ ਕਰਾਂ ਤਾਂ ਇਹ ਸਾਡੀ ਕੋਸ਼ਿਸ਼ ਈ ਹੋਂਦੀ ਕੀ ਪਹਿਲੀ ਪ੍ਰਾਇੋਰਟੀ ਡਾਕਟਰ ਜਿਹੜਾ ਉਹ ਸਾਡੇ ਮਰੀਜ਼ ਕੀ ਦੇ ਡਾਕਟਰ ਜਿਹੜਾ ਟਾਈਮ ਟੂ ਟਾਈਮ ਆਈਏ ਸਾਡੇ ਮਰੀਜ਼ ਕੀ ਦਿਖੇ ਹੋਰ ਸਾਡਾ ਮਰੀਜ਼ ਜਿਹੜਾ ਹੈ ਉਹ ਟੋਲੇ ਕੋਲੋਂ ਟੋਲੇ ਠੀਕ ਹੋਈਏ ਉਹ ਵਾਪਸ ਜਿਹੜਾ ਆਈ ਸਕੇ ਤੇ ਡਾਕਟਰਸ ਦੀ ਵੀ ਇਹੋ ਕੋਸ਼ਿਸ਼ ਹੁੰਦੀ ਕਿ ਹਰ ਇੱਕ ਮਰੀਜ਼ ਜਿਹੜਾ ਕਿਉਂਕਿ ਹੁਣ ਹੈ ਹਰ ਇੱਕ ਮਰੀਜ਼ ਕੰਨੇ ਮੰਤ ਕੀਤੀ ਹਰ ਇੱਕ ਮਰੀਜ਼ ਉਹ ਵੀ ਚਾਹੁੰਦੇ ਨੇ ਕਿ ਇਹ ਠੀਕ ਹੋਈ ਆਪਣ ਆਪਣੇ ਘਰ ਚਲੀ ਜਾਣ ਪਰ ਨਹੀਂ ਹੋਈ ਨਹੀਂ ਹੋਈ ਪਾਂਦਾ ਕਈ ਵਾਰੀ ਕਿ ਕਿ ਸਿਚੁਏਸ਼ਨਸ ਅਹੀ ਹੁੰਦੀਆਂ ਜੀ ਸਾਹਿਬ ਦਾ ਉਨ ਤੋਂ ਹੈ ਦਿਖਾਰੇ ਕਿ ਜੀਐਮਸੀ ਚ ਆਲ ਕੇ ਬਥੇਰੀ ਵੀਡੀਓਜ਼ ਜਿਹੜੀਆਂ ਉਹ ਵਾਇਰਲ ਹੋ ਰਹੀ ਅਟੈਂਡੈਂਸ ਅੰਦਰੋਂ ਵੀਡੀਓ ਕਾਲ ਕਰੀ ਟੀਐਸਐਲ ਪਰ ਵੀ ਤੁਸੀਂ ਦਿਖਿਆ ਹੋਣਾ ਕਿ ਅਸ ਕੀਆਂ ਕੀਆਂ ਤੁਸੀਂ ਵਾੜਿਆਂ ਦੇ ਅੰਦਰ ਤੱਕ ਵੀ ਪਹੁੰਚਾਇਆ ਤੁਸੀਂ ਨਹੀਂ ਦੱਸਿਆ ਕਿ ਕੇ ਕਿਸ ਜੜਾ ਉਹ ਅੰਦਰ ਦਾ ਹਾਲ ਹੈ ਕੇ ਮੂ ਲ ਲੋਕ ਕੇ ਆਖਾ ਦੇ ਨਾ ਡਾਕਟਰ ਕਿਆ ਕਰੇ ਦੋਨੋਂ ਪੱਖਿਆਂ ਬਾਕੀ ਦਾ ਪੱਖ ਜਿਹੜਾ ਉਹ ਤੁੰਦੇ ਸਾਹਮਣੇ ਆਏ ਰੱਖਿਆ ਤਾਂ ਕਿ ਤੁਸਨ ਲੋਕੇ ਰਿਐਲਿਟੀ ਪਤਾ ਚਲੇ ਪਰ ਇਸਨ ਰਿਐਲਿਟੀ ਕੀ ਦਿਖੀ ਅੱਖਾਂ ਨਹੀਂ ਮਿਟਨੀ ਹੈ ਇਸ ਰਿਐਲਿਟੀ ਕੀ ਦਿਖੀ ਕਿਸ ਨਾ ਕਿਸੇ ਸਬਕ ਜਿਹੜਾ ਲੈਣਾ ਕਿ ਅੱਲੇ ਵੀ ਇਹ ਕੋਵਿਡ ਬਿਮਾਰੀ ਜਿਹੜੀ ਹੈ ਉਹ ਕੋਈ ਛੋਟੀ ਮੋਟੀ ਬਿਮਾਰੀ ਨਹੀਂ ਹੈ ਹਾਂ ਇਹ ਆ ਰਿਕਵਰੀਜ਼ ਪੂਰੀ ਹੋ ਆ ਰਹੀ ਹੈ ਛੋਟੀ ਮੋਟੀ ਬਿਮਾਰੀ ਮਤੋਂ ਉਹ ਲੋਕੇ ਤਾਂ ਆਂ ਅੱਖਾਂ ਨਹੀਂ ਮੈਂ ਇਹ ਨਹੀਂ ਸੋਚੋ ਕਿ ਮੈਂ ਤੁਹਾਂਹੀਂ ਡਰਾਣੀ ਡਰਾ ਨਹੀਂ ਹੈ ਖਾਲੀ ਉਹਨ ਲੋਕਾਂ ਜਿਹੜੇ ਹੱਲੇ ਵੀ ਇਹ ਸੋਚਦੇ ਕਿ ਇਹ ਕੋਈ ਬਿਮਾਰੀ ਨਹੀਂ ਹੈ ਇਹ ਇੱਕ ਪੋਲਿਟਿਕਲ ਮੁੱਦਾ ਹੈ ਇਹ ਇਹ ਹੈ ਇਹ ਉਹ ਹੈ ਤਾਂ ਇਹ ਦੇਖੋ ਕਿ ਕਿੰਨੇ ਲੋਕ ਜਿਹੜੇ ਨਾ ਉਹ ਪੂਰੇ ਹੋ ਆ ਰਹੇ ਕਿੰਨੇ ਬੱਚੇ ਜਿਹੜੇ ਨਾ ਉਹ ਅਨਾਥ ਹੁੰਦੇ ਜਾ ਰਹੇ ਉਹਦੇ ਮਾਪੇ ਉਹਦਾ ਪੂਰਾ ਟੱਬਰ ਜਿਹੜਾ ਉਸ ਬਿਮਾਰੀ ਦੀ ਵਇਆ ਕਰਨੇ ਪੂਰਾ ਹੋ ਆ ਰਿਹਾ ਤੇ ਮੈਂ ਖਾਲੀ ਇਹੋ ਆਖਗੀ ਹਾਂ ਅਸੀਂ ਇੱਕ ਦੂਰੇ ਪੂਰਾ ਪੂਰਾ ਸਾਥ ਦੇਣਾ ਉਹ ਜਿਹੜਾ ਦੇਣਾ ਉਹ ਜਿਹੜੇ ਲੋਕ ਅਲਰੇਡੀ ਇਸ ਬਿਮਾਰੀ ਕੋਲੋਂ ਨਿਕਲਾ ਦੇ ਯਾ ਆਪਣੇ ਆਪਣੇ ਘਰ ਆਪਣੇ ਆਪ ਦੀ ਆਈਸੋਲੇਟ ਕੀਤਾ ਰਹੋ ਇਹ ਮੈਂ ਇਹ ਹੀ ਆਖੀ ਕਿ ਚੰਗਾ ਸੋਚੋ ਖਰਾ ਕਰੋ ਉਹ ਜਿਹੜੇ ਲੋਕ ਹੁੰਦੇ ਕੰਨੇ ਜੁੜੇ ਦੇ ਨਹੀਂ ਆਉਂਦਾ ਟੱਬਲ ਜਿਹੜਾ ਹੈ ਉਹਦਾ ਮਾਈਂਡ ਜਿਹੜਾ ਉਹ ਡਾਇਵਰਟ ਕਰੀਏ ਰੱਖੋ ਅਸੋਖੇ ਡੁੱਜੇ ਤੁਸੀਂ ਘਰ ਬੈਠੇ ਦਿਓ हां बड़ी जद कोई दिक्कत आंदी है तुसै जिस वेले सैचुरेशन लेवल ਤੋਂ ਹੁੰਦਾ ਡਿੱਗਦਾ ਫੇਰ ਤੋਹੇ ਜਾਈਏ ਹਸਤਾਲ ਦਾ ਰਸਤਾ ਜਿਹੜਾ ਉਹ ਪਨਾਓ ਨਹੀਂ ਤਾਂ ਮੈਂ ਯੂ ਆਖਗੀ ਕਿ ਅਗਰ ਤੋਹੇਂਗੇ ਮਾੜੇ-ਮੋٹے ਵੀ ਸਿੰਪਟਮਸ ਨਜ਼ਰ ਆਂਦ ਨੇ ਤਾਂ ਤੁਸੀਂ ਆਪਣੇ ਘਰ ਆਪਣੇ ਆਪ ਦੀ ਆਈਸੋਲੇਟ ਕਰਿਓ ਲੋ ਟੱਬਰ ਕੋਲੋਂ ਦੂਰ ਰੋ ਪ੍ਰੋਪਰ ਜਿਹੜਾ ਹੈ ਆਪਣੇ ਆਪ ਦੀ ਆਪਣੇ ਹੱਥ ਪੈਰ ਜਿਹੜੇ ਉਹ ਸੈਨੀਟਾਈਜ਼ ਕਰੋ ਖਾਣੇ ਪੀਣੇ ਵਾਲੀ ਚੀਜ਼ਾਂ ਸਾਫ਼-ਸੁਥਰੀਆਂ ਜਿਹੜੀਆਂ ਖਾਓ ਆਪਸ 'ਚ ਖੁਸ਼ ਰੋਵੋ ਜਿਹੜਾ ਮੈਂ ਯੂ ਆਖੀ ਕਿ ਕਿਉਂਕਿ ਅ ਪੂਰੇ ਦਿਨ ਜੇ ਬੰਦਾ ਰੁਆ ਰਾ ਹੋ ਟੈਨਸ਼ਨ ਚ ਹੋਣਾ ਰਾਤੀ ਦੇ ਟਾਈਮ ਜਾਂ ਕਿਸੇ ਵੀ ਟਾਈਮ ਪੂਰੇ ਦਿਨ ਚ 10 ਮਿੰਟ ਵੀ ਜੇ ਉਹ ਬੰਦਾ ਸਿਆਣਾ ਤਾਂ ਬੜੀ ਵੱਡੀ ਗੱਲ ਹੁੰਦੀ ਅਸਨੇ ਕਨੇ ਆਖਦੇ ਨਾ ਸਾਡੇ ਬਜ਼ੁਰਗ ਆਖਦੇ ਕਿ ਸੋ ਬਿਮਾਰੀਆਂ ਜਿਹੜੀਆਂ ਉਮ ਕੀ ਆਂਦੀਆਂ ਤੇ ਮੈਂ ਯਕੀਨ ਕੀ ਇਸ ਬਿਮਾਰੀ ਕੰਨੇ ਜਿਹਾ ਹੈ ਲੜਨਾ ਹੈ ਤਾਂ ਹੈ ਇੱਕ ਦੂਰੇ ਸਾਥ ਵੀ ਦੇਣਾ ਹੈ ਇੱਕ ਦੂਏ ਸਪੋਰਟ ਵੀ ਕਰਨਾ ਹੈ ਇੱਕ ਦੂਰੀ ਮਦਦ ਵੀ ਕਰਨੀ ਹੈ ਔਰ ਇੱਕ ਦੂਏ ਦੀ ਮਜਬੂਰੀਆਂ ਵੀ ਸਮਝਣੀਆਂ ਹੈ ਤੇ ਉਮੀਦ ਕਰਨੀ ਹੈ ਮੇਰੀ ਗੱਲਾਂ ਤੁੰਦ ਤੱਕ ਪੂਜੀਆਂ ਹੋਣੀਆਂ ਤੇ ਕੰਨੇ ਇਹ ਜਿਹੜਾ ਮੀਡੀਆ ਬੁਲੇਟਿਨ ਆਇਆ ਹੈ ਉਹ ਵੀ ਤੁੰਦ ਤੱਕ ਪੂਜਿਆ ਕੱਲ ਪਰਤੀਏ ਅਪਡੇਟ ਕੋਵਿਡ ਉੱਪਰ ਤੁਸੀਂ ਹੀ ਦੇਗੇ ਫਿਲਹਾਲ ਪ੍ਰਗੈਸ ਸ੍ਰੋਤਰਾ ਕੀ ਹੋਏ ਜਾਦਤ ਨਵਾਸਤੇ